पिछले कुछ समय तो खालिस्तान समर्थकों वालों पंजाब की अमन शांति भंग करने के मकसद के नाल वख-वख गतिविधियां नूं अंजाम दिता जा रहा है, चाहे वह फिर खालिस्तान के झंडे नूं लहराउण की गल होवे, चाहे खालिस्तान के हक विच कन्ना ते लिखण की गल होवे। अजिहा एक होर मामला सामने आया है गढ़शंकर के ब्लाक माहिलपुर का, जिथे बीते दिन पिंड कालेवाल भगतां दे सरकारी स्कूल विच खालिस्तानी झंडा लहराया गया सी। उस तो बाद पुलिस ने मौके ते पहुंच के इस झंडे नूं उतरवा दिता सी। उस तो बाद बीती रात अणपछाते व्यक्तियों ने जैतपुर बाहोबल समेत होर पिंडां विच खालिस्तानी पक्के नारे पुलां खेड मैदानां अते लिंक सड़कां ते लिख दिते, जिस कारण लोकां दे विच दहशत दा माहौल बनिया होया है। लोकां दा कहना है कि उन्होंने सवेरे आके देखिया तां पता लगा कि खालिस्तानी वोट बनाउण दे ਵੱਖ-ਵੱਖ ਸਥਾਨਾਂ ਤੇ ਨਾਰੇ ਲਿਖੇ ਗਏ ਸਨ। ਜਸਵੀਰ ਸਿੰਘ ਜੀ, ਕਿਹੜਾ ਅੱਡਾ ਆ ਤੇ ਕੀ ਲਿਖਿਆ ਹੋਇਆ? ਜੈਤਪੁਰ ਦਾ ਜੀ, ਗ੍ਰਾਮ ਲਿਖਿਆ ਹੋਇਆ ਤੇ ਇੱਥੇ ਲਿਖਿਆ ਜੀ ਖਾਲਿਸਤਾਨ ਵੋਟਾਂ ਬਣਾਓ। ਕੀ ਤੁਸੀਂ ਕਦੋਂ ਦੇਖਿਆ ਇਹ? ਤਾਂ ਇਹ ਸਵੇਰੇ ਦੇਖਿਆ ਜੀ। ਆਪ ਇੱਕ ਆਇਆ ਪੁਲਿਸ ਵਾਲਾ? ਜਿਹੜਾ ਪੁਲਿਸ ਵਾਲੇ ਆਏ ਸੀਗੇ ਦੇਖ ਕੇ ਚਲੇ ਗਏ ਜੀ। ਕੱਲ ਵੀ ਕੋਈ ਕਹਿੰਦੇ ਕਾਲੇ ਭੰਗਤਾ ਬਾਰ ਦਾ ਕੋਈ? ਹਾਂਜੀ ਹਾਂਜੀ, ਉਹ ਕੀ ਸੀ? ਉੱਥੇ ਵੀ ਜਿੱਦਾਂ ਕਿ ਸਕੂਲ ਦੇ ਵਿੱਚ ਝੰਡਾ ਚੜ੍ਹਾਇਆ ਸੀਗਾ ਉੱਥੇ। ਕੀ ਲੱਗਦਾ ਤੁਹਾਨੂੰ, ਕੌਣ ਸ਼ਰਾਰਤੀ ਗੈਂਗਸਟਰ, ਕੌਣ ਲਿਖ ਸਕਦਾ ਹੈ? ਇਹ ਤਾਂ ਕੁਛ ਨਹੀਂ ਜੀ ਕਹਿ ਸਕਦੇ ਅਸੀਂ, ਇਹ ਤਾਂ ਹੁਣ ਕੁਛ ਨਹੀਂ ਕਹਿ ਸਕਦੇ। ਇਹ ਤਾਂ ਗੱਲ ਜੀ, ਲਿਖਿਆ ਜਾਵੇ ਤਾਂ ਅੱਡਾ ਆਇਆ ਨਾਲ, ਅੱਡਾ ਆਇਆ ਉਹਦਾ ਮੇਨ ਜਿੱਦਾਂ ਰੋਡ ਚੱਲਦਾ ਹੈ ਵੈਸੇ, ਇਹਦਾ ਰਾਤ ਦਾ ਯਾਰ ਸ਼ਰਾਰਤੀ ਏਜੰਸੀਆਂ ਦਾ ਕੰਮ ਆ। ਰਾਜੇਸ਼ ਕੁਮਾਰ ਜੀ, ਕੀ ਕਰਦੇ ਹੋ ਤੇ ਕੀ ਲਿਖਿਆ? ਮੇਰਾ ਸਰ ਆ ਮੇਰਾ ਢਾਬਾ, ਇਹ ਅਸੀਂ ਵੀ ਹੁਣੇ ਜ਼ਿਲ੍ਹੇ SHO ਸਾਹਿਬ ਆਏ ਸੀਗੇ, ਉਸ ਵੇਲੇ ਸਾਨੂੰ ਵੀ ਪਤਾ ਲੱਗਾ ਕਿ ਆ ਕੀ ਲਿਖਿਆ ਹੋਇਆ। ਮੈਂ ਵੀ ਹੁਣੇ ਸ਼ਹਿਰੋਂ ਆਇਆ ਹੀ ਹਾਂ ਤੇ ਜਿੱਲੇ ਆਇਆ ਤਾਂ ਸਾਡੇ ਕੋਲ ਆਏ ਕਹਿੰਦੇ ਕੈਮਰੇ ਲੱਗੇ ਹੋਏ। ਮੈਂ ਕਿਹਾ ਜੀ ਕੈਮਰੇ ਲੱਗੇ ਹੋਏ ਆ, ਤੇ ਕਹਿੰਦੇ ਕੈਮਰਾ ਚੈੱਕ ਕਰੋ, ਬੱਤੀ ਹੈ ਨਹੀਂ ਸੀ ਤੇ ਬੱਤੀ ਕਹਿੰਦੇ ਚਲੋ ਠੀਕ ਆ ਅਸੀਂ ਫੇਰ ਚੈੱਕ ਕਰ ਲਵਾਂਗੇ। ਤੇ ਮੁੜ ਕੇ ਕਹਿੰਦੇ ਕਿ ਲਿਖਿਆ ਸਾਨੂੰ ਪਤਾ ਹੀ ਨਹੀਂ। ਇਹ ਖਾਲਿਸਤਾਨ ਬਾਰੇ ਲਿਖਿਆ ਹੋਇਆ, ਇਹ ਖਾਲਿਸਤਾਨ ਬੋਰਡ ਬਣਾਓ। ਬਹੁਤ ਹੈ ਕਹਿੰਦੇ, ਬਹੁਤ ਜਗ੍ਹਾ। ਹਾਂ ਬਹੁਤ ਜਗ੍ਹਾ, ਆਲੇ ਤੋਂ ਅੱਗੇ ਪਿੱਛੇ ਸਾਰੇ ਜਗ੍ਹਾ ਕਹਿੰਦੇ ਲਿਖਿਆ ਹੋਇਆ। इस मामले बारे रजिंदर सिंह SHO ਚੱਬੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਖਾਲਿਸਤਾਨ ਦੇ ਬਾਰੇ ਲਿਖਿਆ ਹੋਇਆ ਸੀ ਉਸ ਨੂੰ ਮਿਟਾ ਦਿੱਤਾ ਗਿਆ ਹੈ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਭਾਜੀ ਜਿਹੜੇ ਨਾਰੇ ਲਿਖੇ ਗਏ, ਕੀ ਮਾਮਲਾ ਜੀ? ਸਰ ਇਹ ਜਿਹੜਾ ਕਿਸੇ ਸ਼ਰਾਰਤੀ ਅਨਸਰ ਦਾ ਜਿਹੜਾ ਕੰਮ ਹੈਗਾ ਤੇ ਇਹਦੀ ਜਿਹੜੀ ਹੈ ਛਾਣਬੀਣ ਕੀਤੀ ਜਾ ਰਹੀ ਹੈ, ਜੋ ਵੀ ਛਾਣਬੀਣ ਕਰਕੇ ਪਤਾ ਲਗਾ ਕੇ ਉਹਦੇ ਖਿਲਾਫ਼ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕਿੰਨੀ ਕੁ ਜਗ੍ਹਾ ਲਿਖੀ ਹੋਈ ਇਹਦੇ ਹੁਣ ਤੱਕ ਪਤਾ ਲੱਗਾ ਜੀ? ਅਲੱਗ ਅਲੱਗ ਜਗ੍ਹਾ ਜਿਹੜਾ ਹੈਗਾ ਕਿ 5-10 ਥਾਵਾਂ 'ਤੇ ਅਲੱਗ ਅਲੱਗ ਜਗ੍ਹਾ ਲਿਖਿਆ ਹੋਇਆ ਅਤੇ ਛਾਣਬੀਰ ਕਰ ਲਿਆ। ਇਹਨਾਂ ਨੂੰ ਦੇਖੋ ਤਾਂ ਮਿਟਾਇਆ ਜਾ ਰਿਹਾ? ਹਾਂ, ਇਹ ਮਿਟਾ ਦਿੱਤਾ ਹੈ ਜੋ ਵੀ ਹੈ ਸਰ। ਕੀ ਲੱਗਦਾ ਕਿ ਇੱਕ ਗਰੋਹ ਦੇ ਕੰਮ ਆ ਕਿ ਜ਼ਿਆਦਾ? ਇਹ ਸ਼ਰਾਰਤੀ ਅਨਸਰ ਦਾ, ਇਹ ਛਾਣਬੀਣ ਕਰਕੇ ਪਤਾ ਲੱਗਿਆ ਸਰ। ਹਾਂਜੀ ਭਾਅ ਜੀ। ਪ੍ਰਾਈਮ ਉਹਦੇ ਲਈ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ।